ਬਸ ਜਿਹੜੀਆਂ ਉਹਨਾਂ ਦੀਆਂ ਡਿਮਾਂਡਸ ਆ ਜੈਨੂਅਨ ਆ ਸਾਰੀਆਂ ਮੰਨਾਂਗੇ ਔਰ ਟਾਈਮ ਬਾਉਂਡ ਫੈਸ਼ਨ ਦੇ ਵਿੱਚ ਉਹਨਾਂ ਨੂੰ ਸਾਰੀਆਂ ਪੂਰੀਆਂ ਕਰਾਂਗੇ। ਉਹਦੇ ਵਿੱਚ ਉਹਨਾਂ ਦੀ ਜਿਹੜੀ ਡਾਇਨਾਮਿਕ ਸ਼ੋਰਟ ਕੈਰੀਅਰ ਪ੍ਰੋਮੋਸ਼ਨ ਆ ਜਿਹੜੀ ਕਿ 2021 ਦੇ ਵਿੱਚ ਹਾਲਟ ਕਰਤੀ ਗਈ ਸੀ ਉਹਨੂੰ ਐਜ਼ ਇਟ ਇਜ਼ ਅਸੀਂ ਜਿਹੜਾ ਹੈਗਾ ਉਹ ਇੰਪਲੀਮੈਂਟ ਕਰਾਂਗੇ ਔਰ ਉਹਦੇ ਵਾਸਤੇ ਪ੍ਰੋਸੈਸ ਸ਼ੁਰੂ ਕਰਤੀ ਹੈ ਇਸੇ ਹਫ਼ਤੇ ਤੋਂ ਸ਼ੁਰੂ ਕਰਦੇ ਹਾਂ ਔਰ ਇਹਨੂੰ ਅਸੀਂ ਬਹੁਤ ਜਲਦੀ ਤੋਂ ਜਲਦੀ ਜਿਹੜਾ ਹੈਗਾ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਜਿਹੜੇ ਅਸੀਂ 2-3 ਮਹੀਨੇ ਦੇ ਵਿੱਚ ਸਾਰੀ ਪ੍ਰੋਸੈਸ ਕੰਪਲੀਟ ਕਰਕੇ ਇਹਨਾਂ ਦੀ ਜਿਹੜੀ ਮੰਗ ਹੈ ਪੂਰੀ ਕਰ ਦਿੱਤੀ ਜਾਏਗੀ ਔਰ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਬਾਕੀ ਵੀ ਹੈ ਇਹਨਾਂ ਦਾ ਡਾਕਟਰ ਦੀ ਰਿਕਰੂਟਮੈਂਟ ਦੀ ਪ੍ਰੋਸੈਸ ਸ਼ੁਰੂ ਹੋ ਚੁੱਕੀ ਹੈ ਜੀ। ਸਾਡੇ ਨਾਲ ਬੜੇ ਪੋਜ਼ਿਟਿਵ ਤਰੀਕੇ ਨਾਲ ਮੀਟਿੰਗ ਕੀਤੀ ਹੈ ਜਿਹਨੀ ਸਾਡੀ ਡਿਮਾਂਡ ਸੀ ਕਿ ਉਹਨਾਂ ਨੇ ਜਾਇਜ਼ ਕਰਾਈਏ ਹਨ ਬੜੇ ਸੁਖਾਵੇ ਮਾਹੌਲ 'ਚ ਸਾਡੀ ਅੱਜ ਮੀਟਿੰਗ ਹੋਈ ਹੈ। ਸਾਡੀ ਸਾਰੀਆਂ ਡਿਮਾਂਡਸ ਅਨਕੰਡੀਸ਼ਨਲ ਤਰੀਕੇ ਨਾਲ ਸਰਕਾਰ ਨੇ ਮੰਗਦੇ ਹੋਏ ਟਾਈਮ ਬਾਉਂਡ ਤਰੀਕੇ ਨਾਲ ਉਹਨਾਂ ਦੀ ਇੰਪਲੀਮੈਂਟੇਸ਼ਨ ਦਾ ਐਲਾਨ ਕੀਤਾ ਹੈ। ਭਾਵੇਂ ਉਹ ਸਿਕਿਉਰਿਟੀ ਫਰੇਮਵਰਕ ਹੋਵੇ ਸਾਰੇ ਹੋਸਪਿਟਲਸ ਦਾ, ਭਾਵੇਂ ਡਾਕਟਰਾਂ ਦੀ ਭਰਤੀ ਹੋਵੇ, ਡਾਕਟਰਾਂ ਦੀ ਤਰੱਕੀਆਂ ਬਹਾਲ ਕਰਨ ਬਾਰੇ ਗੱਲ ਹੋਵੇ, ਇਸ ਤਰ੍ਹਾਂ ਨਾਲ ਬਾਕੀ ਵੀ ਕਈ ਸਰਕਾਰੀ ਹੈਲਥ ਕੇਅਰ ਨੇ ਉਹਨਾਂ ਨੇ ਅੱਜ ਡਿਸਕਸ਼ਨ ਕੀਤੀ ਹੈ ਐਂਡ ਬੜੇ ਪੋਜ਼ਿਟਿਵ ਮਾਹੌਲ 'ਚ ਹੋਈ। ਅਸੀਂ ਥੈਂਕਫੁਲ ਹਾਂ CM ਸਾਹਿਬ ਕਿ ਜਿਨ੍ਹਾਂ ਨੇ ਸਾਡੇ ਨਾਲ ਡਿਸਕਸ਼ਨ ਕਰਦੇ ਹੋਏ ਲੋਕ ਹਿੱਤ ਵਿੱਚ ਇਹ ਫੈਸਲਾ ਲਿੱਤਾ ਹੈ। ਅਤੇ ਇਹ ਫੈਸਲੇ ਨਾਲ ਅਸੀਂ ਮੰਨਦੇ ਹਾਂ ਕਿ ਪੰਜਾਬ ਦਾ ਜੋ ਸਿਹਤ ਅਦਾਰਾ ਹੈ ਉਹ ਬਹੁਤ ਦੁਰਸਤ ਹੋਊਗਾ ਆਉਣ ਵਾਲੇ ਦਿਨਾਂ ਵਿੱਚ ਐਂਡ ਸਰਕਾਰ ਦੀ ਜੋ ਕਮਿਟਮੈਂਟ ਹੈਗੀ ਹੈ ਪਬਲਿਕ ਹੈਲਥ ਕੇਅਰ ਦੇ ਵੱਲ ਉਹ ਪੂਰੀ ਕੀਤੀ ਜਾਏ ਜਿਹੜੀ ਹੋਊਗੀ ਪ੍ਰਾਇਓਰਿਟੀ ਸਿਕਿਉਰਿਟੀ ਫਰੇਮਵਰਕ 'ਤੇ ਉਹਨਾਂ ਨੇ ਕਿਹਾ ਕਿ ਵਿਦਿਨ 1 ਵੀਕ ਉਹ ਅਨਾਊਂਸ ਕਰ ਦੇਣਗੇ ਕਿ ਇਹ ਅਲੱਗ ਅਲੱਗ ਹੋਸਪਿਟਲ ਵਿੱਚ ਕਿੰਨੇ ਕੁ ਸਿਕਿਉਰਿਟੀ ਗਾਰਡ ਰੱਖੇ ਜਾਣਗੇ, ਅਕਾਊਂਟੇਬਿਲਿਟੀ ਕਿੰਨੀ ਹੋਏਗੀ, ਜ਼ਿੰਮੇਵਾਰੀ ਕਿੰਨੀ ਹੋਏਗੀ। ਉਹ ਵਿਦਿਨ 1 ਵੀਕ ਫੰਡਸ ਰਿਲੀਜ਼ ਹੋ ਚੁੱਕੇ ਨੇ, ਕੁਛ ਨਿਕਲ ਤਿੰਨ ਚਰਨ 'ਚ ਹੋ ਜਾਣਗੇ। ਦੂਜਾ ਡਾਕਟਰਾਂ ਦੀ ਭਰਤੀ 400 ਡਾਕਟਰਸ ਦੀ ਸ਼ੁਰੂ ਹੋ ਚੁੱਕੀ ਹੈ, ਉਹਦਾ ਜੋ ਪੇਪਰ ਹੈਗਾ ਐਗਜ਼ਾਮ ਹੈਗਾ ਇਸੀ ਮਹੀਨੇ ਦੇ ਐਂਡ 'ਤੇ, ਇੱਕ ਹੋਰ ਬੈਚ ਸ਼ਾਇਦ ਨਵੰਬਰ ਦਸੰਬਰ 'ਚ ਸਰਕਾਰ ਵੱਲੋਂ ਰੱਖਿਆ ਜੋ ਮੈਡੀਕਲ ਅਫਸਰ ਦੀ ਭਰਤੀਆਂ ਸ਼ੁਰੂ ਹੋ ਚੁੱਕੀਆਂ ਨੇ ਆਲਰੇਡੀ, ਮਹੀਨੇ ਡੇਢ 'ਚ ਪ੍ਰੋਸੈਸ ਪੂਰਾ ਜਾਣਗੇ ਕੰਟੀਨਿਊ ਨਿਕਲ ਬਿਲਕੁਲ। ਅਸੀਂ ਅੱਜ ਸਾਡੇ ਜਥੇਬੰਦੀ ਨੇ ਡਿਸੀਜ਼ਨ ਲਿੱਤਾ ਕਿ ਕਿਉਂਕਿ ਸਾਡੀ ਸਾਰੀ ਡਿਮਾਂਡਸ ਉਹਨਾਂ ਨੇ ਪੋਜ਼ੀਟਿਵ ਮੰਨ ਲਈਆਂ ਅਤੇ ਅਸੀਂ ਸਟ੍ਰਾਈਕ ਸੀਗੀ ਸਸਪੈਂਸ਼ਨ ਸਰਵਿਸ ਸੀਗੀ ਅੱਜ ਕਾਲ ਆਫ ਕਰ ਕੋਈ ਪ੍ਰਮੋਸ਼ਨ ਦਾ ਵੀ ਤੁਸੀਂ ਜੋ ਡਾਕਟਰ ਦੀ ਤਰੱਕੀਆਂ ਸੀਗੀਆਂ ਪ੍ਰਮੋਸ਼ਨ ਉਹ 2021 ਵਿੱਚ ਪਿਛਲੀ ਸਰਕਾਰ ਨੇ ਵੇਲੇ ਰੁਕ ਗਈਆਂ ਸੀਗੀਆਂ ਉਹ ਅੱਜ ਉਹਨਾਂ ਨੇ ਅਨਕੰਡੀਸ਼ਨਲ ਤਰੀਕੇ ਨਾਲ ਬਹਾਲ ਕਰਤੀਆਂ ਹਨ ਐਂਡ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ 3 ਮਹੀਨੇ ਪਰ ਹੋ ਸਕਦਾ ਕਿ ਸ਼ਾਇਦ ਹਫ਼ਤਾ 2 ਕਿ 3 ਹਫ਼ਤੇ ਅਰਲੀਐਸਟ ਸਰਕਾਰ ਉਹ ਬਹਾਲ ਕਰਤੀ।